ਸ਼੍ਰੀਕਾਲ ਜੀ, ਅੱਜ ਤੁਹਾਨੂੰ ਹੋਮ ਟੂਰ ਦਿੰਦੇ ਹਾਂ। ਇਹ ਘਰ ਹੈਗਾ ਪੋਕੀਨੋ ਵਿੱਚ, ਇਹ ਹੈਗਾ ਜੀ ਘਰ। ਇਹ ਬਣਿਆ ਹੋਇਆ ਵਾ 170 ਸਕੇਅਰ ਮੀਟਰ ਵਿੱਚ, ਲੈਂਡ ਏਰੀਆ ਹੈਗਾ 487 ਸਕੇਅਰ ਮੀਟਰ। ਤਾਂ ਇਹ ਘਰ ਅਜੇ ਫਰਵਰੀ ਵਿੱਚ ਹੀ ਤਿਆਰ ਹੋਇਆ ਅਤੇ ਸਾਡੇ ਇੱਕ ਫਾਸਟ ਫਰੈਂਡ ਨੇ ਲਿਆ ਇਹ ਘਰ। ਇਹਦੀ ਘਰ ਦੀ ਕੀਮਤ ਹੈਗੀ ਆ $8,00,000 ਨਿਊਜ਼ੀਲੈਂਡ ਡਾਲਰ। ਆ ਜਾਓ, ਤੁਹਾਨੂੰ ਹੋਮ ਟੂਰ ਕਰਾਉਂਦੇ ਹਾਂ ਘਰ ਦਾ। ਇਹ ਹੈਗੀ ਘਰ ਦੀ ਐਂਟਰੈਂਸ, ਇਹ ਅੱਗੇ ਆ ਗਈ ਫਰੰਟ ਵਾਲ, ਤੇ ਇਹਦੇ ਨਾਲ ਹੀ ਇਹ ਲਿਵਿੰਗ ਏਰੀਆ। ਲਿਵਿੰਗ ਏਰੀਆ ਤੋਂ ਸਾਹਮਣੇ ਦਾ ਵਿਊ ਦੇਖੋ ਤੁਸੀਂ, ਇੱਥੇ ਸਾਰੀ ਨਵੀਂ ਡਿਵੈਲਪਮੈਂਟ ਆ ਰਹੀ ਆ ਔਰ 6 ਮਹੀਨੇ ਵਿੱਚ ਇੱਥੇ ਘਰ ਹੀ ਘਰ ਹੋ ਜਾਣੇ ਸਾਹਮਣੇ। ਔਰ ਬਹੁਤ ਸੋਹਣਾ ਵਿਊ ਆ, ਇੱਥੇ ਟੀਵੀ ਦੀ ਸੈਟਿੰਗ ਕੀਤੀ ਹੋਈ ਪੂਰੀ। ਚਲੋ ਚੱਲਦੇ ਆ ਕਿਚਨ ਵੱਲ। ਹੈਲੋ ਹੈਲੋ, ਇਹ ਹੈਗੀ ਕਿਚਨ। ਇਹ ਪੂਰੇ ਉੱਪਰ ਡਰਾਅ ਹੀ ਹੈਗੇ ਸਾਰੇ, ਸਾਰੀ ਸਟੋਰੇਜ ਆ, ਬਹੁਤ ਜ਼ਿਆਦਾ ਸਟੋਰੇਜ ਬਣੀ ਹੋਈ ਹੈ ਘਰ ਕਿਚਨ ਦੇ ਵਿੱਚ। ਗੈਸ ਵਾਲੇ ਚੁੱਲ੍ਹੇ, ਇੱਥੇ ਪਾਈਪਲਾਈਨ ਤਾਂ ਨਹੀਂ ਹੈਗੀ, ਸਿਲੰਡਰ ਵਾਲੀ ਹੈ, ਬਾਹਰ ਸੈਟਿੰਗ ਲੱਗੀ ਹੋਈ ਹੈ ਸਿਲੰਡਰਾਂ ਦੀ। ਇੱਧਰ ਡਿਸ਼ ਵਾਸ਼ਰ ਦੀ ਸੈਟਿੰਗ, ਸਿੰਕ, ਇਹ ਪਿੱਛੇ ਪੈਟੀਓ ਬਣਿਆ ਹੋਇਆ ਕੌਂਕਰੀਟ ਦਾ, ਇੱਥੋਂ ਤੁਸੀਂ ਐਂਟਰੈਂਸ ਕਰ ਸਕਦੇ ਹੋ। ਇਹ ਸਾਰਾ ਬੈਕਯਾਰਡ, ਬਹੁਤ ਖੁੱਲ੍ਹੀ ਜਗ੍ਹਾ ਪੋਕੀਨੋ ਘਰ ਵਿੱਚ, ਜਿੰਨੇ ਵੀ ਘਰ ਆ ਪੋਕੀਨੋ ਵਿੱਚ, ਇੱਥੇ ਮੌਜ ਆ, ਜਗ੍ਹਾ ਬਹੁਤ ਆ ਇਹਨਾਂ ਘਰਾਂ ਵਿੱਚ। ਪਲੱਸ ਵਿਊ, ਬਹੁਤ ਖੁੱਲ੍ਹੀ ਜਗ੍ਹਾ ਘਰ ਵਿੱਚ, ਜਿਹੜਾ ਮਰਜ਼ੀ ਬੱਚੇ ਖੇਡਣ ਆ ਕੇ। ਇਹ ਬੈਕ ਸਾਈਡ 'ਤੇ ਜਗ੍ਹਾ, ਇਹ ਬੈਕ ਸਾਈਡ ਆ ਘਰ ਦੀ। ਚੱਲਦੇ ਹਾਂ ਅੰਦਰ ਵਾਪਸ। ਇੱਧਰ ਡਾਇਨਿੰਗ ਟੇਬਲ ਲਗਾਇਆ ਆ ਕਿਚਨ ਦੇ ਬਿਲਕੁਲ ਸਾਹਮਣੇ, ਬਹੁਤ ਖੁੱਲ੍ਹਾ ਲੌਂਜ ਬਣਿਆ ਹੋਇਆ ਬੈਠਣ ਲਈ। ਸਾਹਮਣੇ ਸ਼ੋਕੇਸ, ਕਾਇੰਡ ਆਫ ਸ਼ੋਕੇਸ, ਇਹ ਦੋਨੋਂ ਸਾਈਡ 'ਤੇ ਸਟੋਰੇਜ ਆ, ਅਤੇ ਵਿੱਚ ਤੁਸੀਂ ਜੋ ਫੋਟੋਆਂ ਵਗੈਰਾ ਲਗਾ ਸਕਦੇ ਹੋ ਜੋ ਮਰਜ਼ੀ। LED ਲਾਈਟਾਂ ਲੱਗੀਆਂ ਹੋਈਆਂ। ਕਿਚਨ ਦੇ ਵਿੱਚ ਵੀ ਸਟੋਵ ਦੇ ਉੱਪਰ LED ਲਾਈਟਾਂ ਲੱਗੀਆਂ ਹੋਈਆਂ। ਕੰਮ ਜਗਾ ਕੇ ਦਿਖਾਉਣੇ ਇੱਕ ਮਿੰਟ। ਪੂਰੀ LED ਲਾਈਟ ਲੱਗੀ ਹੋਈ। ਇਹ ਨਵਾਂ ਮਹਿਮਾਨ ਆਇਆ ਘਰ, ਇਹ ਉਹਦਾ ਸੈਟਅਪ ਆ ਸਾਰਾ ਧੁੱਪ ਵਿੱਚ ਬੈਠਣ ਲਈ। ਇਹ ਹੈਗਾ ਹਾਲਵੇ, ਇਹ ਹਾਲਵੇ ਦੇ ਜਿਹੜਾ ਮੇਨ ਹਾਲਵੇ ਆ,
ਇਹਦੇ ਵਿੱਚ ਹੀ ਸਾਰੇ ਰੂਮ ਦੀ ਐਂਟਰੈਂਸ ਇਹਦੇ ਵਿੱਚੋਂ ਹੀ ਹੈ। ਤੇ ਦੂਜੀ ਗੱਲ ਕਿ ਘਰ ਦੀ ਸਾਰੀ ਹਾਈ ਸੀਲਿੰਗ ਆ। ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੈਰੇਜ ਵਿੱਚ। ਇਹ ਹੈਗਾ ਡਬਲ ਗੈਰੇਜ ਘਰ ਦਾ, ਸਟੋਰੇਜ ਲਈ ਯੂਜ ਹੁੰਦਾ ਜ਼ਿਆਦਾ। ਇੱਧਰ ਹੈਗੀ ਲਾਂਡਰੀ, ਲਾਂਡਰੀ ਵਿੱਚੋਂ ਹੀ ਤੁਸੀਂ ਬਾਹਰ ਦੀ ਐਂਟਰੈਂਸ ਕਰ ਸਕਦੇ ਹੋ। ਇਹ ਗੈਸ ਸਿਲੰਡਰ ਦਾ ਸੈਟਅਪ ਕੁਕਿੰਗ ਵਾਸਤੇ। ਆਜੋ ਰੂਬਾਨੀ ਬਾਹਰ। ਇਹ ਕਿਚਨ, ਕਿਚਨ ਤੋਂ ਅੰਦਰ ਆਉਂਦਿਆਂ ਹਾਲਵੇ, ਹਾਲਵੇ ਤੋਂ ਇਹ ਹੈਗਾ ਪਹਿਲਾ ਬੈਡਰੂਮ। ਇਹ ਘਰ 'ਚ ਚਾਰ ਬੈਡਰੂਮ ਆ ਤੇ ਦੋ ਬਾਥਰੂਮ। ਪਹਿਲੇ ਬੈਡਰੂਮ ਤੋਂ ਬਾਅਦ ਇਹ ਆ ਜਾਂਦਾ ਜਿਹੜਾ ਮੇਨ ਘਰ ਦਾ ਰੈਸਟ ਰੂਮ ਆ, ਵਾਸ਼ਰੂਮ ਆ। ਇਹ ਜਵਾਕਾਂ ਦਾ ਰੂਮ, ਪਲੇ ਕਰ ਲਈ, ਕਾਫੀ ਕਲਾਰਾ ਪਾਇਆ ਹੋਇਆ ਨਾ ਇੱਥੇ। ਇਸ ਤੋਂ ਬਾਅਦ ਇਹ ਰਿਹਾ ਤੀਜਾ ਬੈਡਰੂਮ। ਇਹਦੇ ਵਿੱਚ ਵਾਰਡਰੋਬ ਵੀ ਬਣੀ ਹੋਈ ਹੈ। ਇਧਰੋਂ ਬਹੁਤ ਧੁੱਪ ਆਉਂਦੀ ਪਿਛਲੀ ਸਾਈਡ ਤੋਂ। ਤੇ ਇਹ ਹੈਗਾ ਮੇਨ ਮਾਸਟਰ ਬੈਡਰੂਮ, ਜਿਹੜਾ ਕਿ ਕਾਫੀ ਵਧੀਆ ਸਾਈਜ਼ ਦਾ ਬਣਿਆ ਹੋਇਆ। ਇਹ ਬੇਬੀ ਦਾ ਕੋਟ। ਇਧਰ ਹੈਗੀ ਵਾਕਿੰਗ ਵਾਰਡਰੋਬ। ਇੱਧਰ ਸਲਾਈਡਿੰਗ ਡੋਰ ਆ ਜੇ ਤੁਸੀਂ ਬੈਕ ਯਾਰਡ 'ਚ ਜਾਣਾ। ਮੇਨ ਬੈਡਰੂਮ 'ਚੋਂ, ਮਾਸਟਰ ਬੈਡਰੂਮ 'ਚੋਂ। ਇਹ ਹੈਗਾ ਅਟੈਚ ਬਾਥਰੂਮ। ਸਾਰੇ ਟਾਇਲ ਲੱਗੀਆਂ ਹੋਈਆਂ ਇੱਧਰ। ਇੱਥੇ ਮੈਟ ਸਿਰਫ ਕਮਰਿਆਂ ਦੇ ਵਿੱਚ ਹੀ ਆ, ਬਾਕੀ ਲਾਊਂਜ ਵਿੱਚ, ਹਾਲਵੇ ਵਿੱਚ ਸਾਰੇ ਵੁਡਨ ਫਲੋਰ ਹੀ ਹੈਗਾ। ਇਹ ਰਿਹਾ ਸਾਡਾ ਛੋਟਾ ਜਿਹਾ ਹੋਮ ਟੂਰ। ਇਹ ਘਰ ਮੇਰੇ ਫਰੈਂਡ ਦਾ ਹੈਗਾ, ਅਸੀਂ ਇੱਕੋ ਪਿੰਡ ਤੋਂ ਹਾਂ। ਇਹ 2015 ਵਿੱਚ ਆਏ ਸੀ, ਇਹਨਾਂ ਇਸ ਸਾਲ ਘਰ ਲਿਆ ਇੱਥੇ। ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਸਾਰਾ। ਅਤੇ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਤਾਂ ਇਸ ਤੋਂ ਬਾਅਦ ਇੱਕ ਹੋਰ ਹੋਮ ਟੂਰ ਲੈ ਕੇ ਤੁਹਾਨੂੰ ਛੇਤੀ ਮਿਲਾਂਗੇ। ਉਹ ਵੀ ਘਰ ਪੋਕਿਨੋ ਵਿੱਚ ਹੀ ਹੈਗਾ, ਉਹ ਸਾਡੇ ਫਰੈਂਡ ਨੇ ਲਿਆ ਸੀ 2018 ਵਿੱਚ। ਉਹ ਵੀ ਤੁਹਾਨੂੰ ਜਲਦੀ ਦਿਖਾਵਾਂਗੇ। ਥੈਂਕ ਯੂ ਫੋਰ ਵਾਚਿੰਗ।